हे गाइस, अस्सलाम वालेकुम, सत श्री अकाल आदाब एंड वेलकम बैक टू आवर चैनल। मैं हूं अलीजा, मैं हूं इस्बा, मैं हस्बैंड। सो गाइस, आई होप आप सारे वीडियो होगी ठीक ठाक हो, हमेशा खुश हो और आपके मेरे। बिल्कुल गाइस, आप तो मेरे करते रहते हैं अगर सारे वीडियो इस तरह लाइक शेयर कमेंट एंड सब्सक्राइब करो और अपना बहुत सारा ख्याल रखो। ते आज असि ताडे लिए लेके आए एक पंजाबी सॉन्ग। सॉन्ग का नेम है पंजाब किथे दबदा ते सिंगर ने अर्जुन ढिल्लों जी। सो गाना जो है थोड़ा पुराना है लेकिन बहुत ही ज्यादा मजेदार है और बहुत ही ज्यादा समझने वाला है। तो आओ फिर सुनने हैं सॉन्ग, तो उस पर करते हैं रिएक्शन। बिल्कुल जी, कदे वीडियो स्टार्ट वीडियो स्टार्ट करने से पहले रिक्वेस्ट है कि चैनल को सब्सक्राइब कर लो, नाले बेल आइकन क्लिक कर लो ताकि सारी आने वाली हर वीडियो नोटिफिकेशन आप लोग मिलते रहे। सो लेट्स स्टार्ट नाउ वीडियो स्टार्ट। पंजाब किथे दबदा अर्जन टेल मर्सी ना पै है सानू तख्तों दा ना भुख है सानू तख्तों दी गल सूली लैके जमे सानू गुड़ती मिली है वक्त फट लहू फूका नाल नी फट लहू नाल तोड़े आ सानू मंगने नहीं आ हक ता खोने आ सानू मंगने नहीं आंदे हक तां खोणी आंदे आ होनी ओ दबदा नी जिहड़े नूं पंजाब कहिंदे ने लोकी अरने दी साडे तों कलास लैंदे ने दबदा नी जिहड़े नूं पंजाब कहिंदे ने लोकी अरने दी साडे तों कलास लैंदे ने ओ सिंह पुठे थावें फस गए ने दिल्ली ए ਉੱਥੇ ਥਾਵੇਂ ਫਸ ਗਏ ਨੇ ਦਿੱਲੀਏ ਤੂੰ ਬਾਲੀ ਅੱਤ ਚੱਕੀ ਬੈਠੀ ਹੈ ਲੈ ਜਾਣਗੇ ਟਰਾਲੀਆਂ ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਹੈ ਨੀ ਲੈ ਜਾਣਗੇ ਟਰਾਲੀਆਂ ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਹੈ ਨੀ ਲੈ ਜਾਣਗੇ ਟਰਾਲੀਆਂ ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਹੈ। वो
ਆਹਾ ਜੀ ਖੂਬਸੂਰਤ ਸੌਂਗ ਜੀ ਅਰਜਨ ਢਿੱਲੋਂ ਜੀ ਦਾ ਇਹ ਗਾਣਾ ਉਦੋਂ ਹੈ ਅਸਲ ਵਿੱਚ ਜਦੋਂ ਮਤਲਬ ਕਿਸਾਨ ਧਰਨਾ ਹੋਇਆ ਸੀ ਦਿੱਲੀ ਵਿੱਚ ਕਿ ਪੂਰੇ ਇੰਡੀਆ ਦੇ ਕਿਸਾਨ ਜੋ ਨੇ ਉਹ ਇਕੱਠੇ ਹੋ ਗਏ ਸਨ ਮੁਤਹਿਦ ਹੋ ਗਏ ਸਨ ਕਿ ਅਸੀਂ ਜੋ ਹੈ ਆਪਣਾ ਹੱਕ ਜਾਣ ਨਹੀਂ ਦੇਣਾ ਅਸੀਂ ਲੜ ਜਾਂਗੇ ਮਰ ਜਾਂਗੇ ਕੱਟ ਜਾਂਗੇ ਲੇਕਿਨ ਅਸੀਂ ਖੜੇ ਰਵਾਂਗੇ ਉਹਦੀ ਇਗਜ਼ੈਂਪਲ ਜੋ ਹੈ ਅਸੀਂ ਇੰਡੀਆ ਪੰਜਾਬੀਆਂ ਦੀ ਦੇਖੀ ਕਿ ਲਾਈਕ ਉਹਨਾਂ ਨੇ ਆਪਣੇ ਹੱਕ ਲਈ ਜੋ ਹੈ ਕਿੱਡਾ ਤਕੜਾ ਸਟੈਂਡ ਲਿਆ ਅਤੇ ਸਰਕਾਰ ਜੋ ਹੈ ਉਹਨੂੰ ਮੰਨਣੀ ਪਈ ਕਿ ਉੱਥੇ ਜੋ ਹੈ ਤਕਰੀਬਨ 7-8 ਮਹੀਨੇ ਜਾਂ ਸ਼ਾਇਦ ਸਾਲ ਜੋ ਹੈ ਜ਼ਿਆਦਾ ਧਰਨਾ ਚੱਲਿਆ ਲੋਕਾਂ ਨੇ ਜੋ ਹੈ ਉੱਥੇ ਮੈਂ ਕਹਿੰਦਾ ਕਿ ਇੱਕ ਏਦਾਂ ਦਾ ਸਮਾਂ ਸੀ ਕਿ ਮੇਲਾ ਨਹੀਂ ਹੁੰਦਾ ਜਿੱਦਾਂ ਪਿੰਡਾਂ ਮੁਸ਼ਕਿਲ ਟਾਈਮ ਸੀ ਲੇਕਿਨ ਉਹ ਇੰਜੋਏ ਵੀ ਬਹੁਤ ਜ਼ਿਆਦਾ ਕਰ ਰਹੇ ਸੀ ਕੋਈ ਆ ਰਿਹਾ ਕੋਈ ਜਾ ਰਿਹਾ ਠੀਕ ਹੈ ਇੱਕ ਆ ਜਾਂਦਾ ਸੀ ਦੂਸਰਾ ਚਲੇ ਜਾਂਦਾ ਸੀ ਕਿ ਚੱਲ ਹੁਣ ਮੈਂ ਆਪਣੇ ਘਰ ਬਾਰ ਨੂੰ ਦੇਖ ਲਵਾਂ ਤੂੰ ਬੈਠ ਜੋ ਆ ਜਾਂਦਾ ਸੀ ਦੂਸਰਾ ਚਲੇ ਜਾਂਦਾ ਸੀ ਕਿ ਮਤਲਬ ਉੱਥੇ ਇਸ ਤਰ੍ਹਾਂ ਦਾ ਨਿਜ਼ਾਮ ਸੀ ਔਰ ਜੋ ਉੱਥੇ ਰਹਿਣ ਵਾਲੇ ਸੀ ਉਹ ਸਭ ਤੋਂ ਜ਼ਿਆਦਾ ਬਹੁਤ ਜ਼ਿਆਦਾ ਖੁਸ਼ ਸੀ ਕਿ ਯਾਰ ਇੱਕ ਮੇਲਾ ਲੱਗਾ ਹੋਇਆ ਲੰਗਰ ਹਰ ਜਗ੍ਹਾ ਚੱਲ ਰਿਹਾ ਅਤੇ ਕੋਈ ਕਿਸੇ ਕੋਲੋਂ ਪੈਸਾ ਨਹੀਂ ਲਿੱਤਾ ਜਾ ਰਿਹਾ ਕੋਈ ਕਿਸੇ ਨੂੰ ਮਤਲਬ ਇਹ ਨਹੀਂ ਕਿਹਾ ਜਾ ਰਿਹਾ ਕਿ ਤੂੰ ਬਈ ਪੰਜਾਬੀ ਨਹੀਂ ਹੈ ਜਾਂ ਤੂੰ ਸਿੱਖ ਨਹੀਂ ਹੈ ਜਾਂ ਤੂੰ ਸਾਡੇ ਨਾਲ ਨਹੀਂ ਹੈ ਅਤੇ ਅਸੀਂ ਤੈਨੂੰ ਖਾਣਾ ਨਹੀਂ ਦੇਣਾ ਹਰ ਇੱਕ ਨੂੰ ਜੋ ਹੈ ਬਹੁਤ ਹੀ ਅੱਛੇ ਤਰੀਕੇ ਨਾਲ ਬਿਠਾ ਕੇ ਈਵਨ ਕਿ ਪੁਲਿਸ ਵਾਲਿਆਂ ਨੂੰ ਜੋ ਉਹਨਾਂ 'ਤੇ ਤਸ਼ੱਦਦ ਕਰ ਰਹੇ ਨੇ ਮਾਰ ਰਹੇ ਨੇ ਡੰਡੇ ਮਾਰ ਰਹੇ ਨੇ ਕਿ ਤੁਸੀਂ ਅੱਗੇ ਨਹੀਂ ਜਾਣਾ ਇੱਥੇ ਰੁਕੋ ਸਟੋਪ ਕਰੋ ਚਲੇ ਜਾਓ ਵਾਪਸ ਉਹਨਾਂ ਨੂੰ ਵੀ ਬਿਠਾ ਕੇ ਖਾਣਾ ਖਵਾਇਆ ਜਾ ਰਿਹਾ ਅੱਛੇ ਤਰੀਕੇ ਨਾਲ ਕਿ ਠੀਕ ਹੈ ਤੁਸੀਂ ਮਾਰਨਾ ਤਾਂ ਹੈ ਹੀ ਹੈ ਸਾਨੂੰ ਖਾਣਾ ਖਾ ਲਓ ਉਸ ਬਾਅਦ ਜੋ ਹੈ ਹੋਰ ਬਹੁਤ ਸਾਰੇ ਉਸ ਟਾਈਮ ਵਾਕਿਆਤ ਹੋਏ ਕਿ ਲੋਕਾਂ ਨੇ ਦਿਲ ਖੁਸ਼ ਕਰ ਦਿੱਤੇ ਇੱਕ ਦੂਸਰੇ ਨਾਲ ਇਸ ਤਰ੍ਹਾਂ ਦਾ ਤਾਵਨ ਕੀਤਾ ਇਸ ਤਰ੍ਹਾਂ ਦਾ ਚੱਲੇ ਕਿ ਲੋਕ ਮਸਾਲਾ ਦਿੰਦੇ ਸੀ ਕਿ ਯਾਰ ਵਾਹ ਪੰਜਾਬੀ ਜੋ ਨੇ ਗ੍ਰੇਟ ਨੇ ਕਮਾਲ ਨੇ ਅਤੇ ਟਰੈਕਟਰ ਟਰਾਲੀਆਂ ਜੋ ਨੇ ਭਰ ਭਰ ਕੇ ਲੋਕ ਆ ਰਹੇ ਨੇ ਸਪੋਰਟ ਕਰ ਰਹੇ ਨੇ ਕਿ ਹਾਂ ਬਈ ਇਹ ਸਾਡਾ ਹੱਕ ਹੈ ਔਰ ਅਸੀਂ ਲੈਣਾ ਔਰ ਅਸੀਂ ਲੈ ਕੇ ਰਵਾਂਗੇ ਸੋ ਗਾਣਾ ਜੋ ਹੈ ਅਰਜਨ ਢਿੱਲੋਂ ਜੀ ਦਾ ਬਹੁਤ ਹੀ ਪਿਆਰਾ ਉਹ ਉਸ ਟਾਈਮ ਹੋਰ ਵੀ ਉਹਨਾਂ ਨੇ ਬਹੁਤ ਸਾਰੇ ਗਾਣੇ ਗਾਏ ਸੀ ਔਰ ਲੋਕਾਂ ਨੇ ਬਹੁਤ ਜ਼ਿਆਦਾ ਮਤਲਬ ਇੱਕ ਜੋ ਸਿੰਗਰ ਨੇ ਜਿਸ ਤਰ੍ਹਾਂ ਜੋ ਸੀ ਨਾ ਉਹਨੇ ਉਸ ਤਰ੍ਹਾਂ ਸਪੋਰਟ ਕੀਤਾ ਸੀ ਕਿ ਲਾਈਕ ਸਿੰਗਰਾਂ ਨੇ ਗਾਣੇ ਗਾ ਕੇ ਸਪੋਰਟ ਕੀਤਾ ਹਾਂ ਬਿਲਕੁਲ ਅਰਜਨ ਢਿੱਲੋਂ ਜੀ ਨੇ ਹੋਰ ਬਹੁਤ ਸਾਰੇ ਗਾਣੇ ਬੱਬੂ ਮਾਨ ਜੀ ਉਸ ਤੋਂ ਬਾਅਦ ਜੋ ਹੈ ਸਿੱਧੂ ਮੂਸੇਵਾਲਾ ਜੀ ਹੋਰ ਬਹੁਤ ਸਾਰੇ ਸਿੰਗਰ ਨੇ ਕਿ ਜਿਨ੍ਹਾਂ ਨੇ ਉੱਥੇ ਜਾ ਕੇ ਵੀ ਸਪੋਰਟ ਕੀਤਾ ਕੁਛ ਚੀਜ਼ਾਂ ਨਾਲ ਕੁਛ ਗਾਣਿਆਂ ਨਾਲ ਕੁਛ ਪੈਸਿਆਂ ਨਾਲ ਕਿ ਲਾਈਕ ਮੈਨੂੰ ਯਾਦ ਆ ਰਿਹਾ ਕਿ ਸਿੱਧੂ ਮੂਸੇਵਾਲਾ ਜੀ ਨੇ ਜੋ ਗਾਣਾ ਕੱਢਿਆ ਸੀ ਆਪਣਾ ਪੰਜਾਬ ਕਿ ਧੱਕੇ ਨਾਲ ਦੱਬ ਲਓਗੇ ਕਸ਼ਮੀਰ ਦੇ ਵਰਗਾ ਨਹੀਂ ਹੈ ਨਾ ਕਿ ਅਸੀਂ ਜੋ ਹੈ ਆਪਣਾ ਹੱਕ ਲੈਣਾ ਜਾਣਦੇ ਹਾਂ ਸੋ ਜੋ ਪੰਜਾਬੀਆਂ ਨੇ ਉਸ ਟਾਈਮ ਕੰਮ ਕੀਤਾ ਸੀ ਜੋ ਉਹਨਾਂ ਨੇ ਸਟੈਂਡ ਲਿਆ ਸੀ ਉਹ ਬਹੁਤ ਹੀ ਤਗੜਾ ਔਰ ਪਾਵਰਫੁਲ ਸੀ ਕਿ ਵਕਤ ਦੀ ਜੋ ਗੌਰਮੈਂਟ ਹੈ ਕਿ ਲਾਈਕ ਕਿਹਾ ਜਾਂਦਾ ਕਿ ਗੌਰਮੈਂਟ ਚਾਹੇ ਡਿੱਗੀ ਟੱਠੀ ਵੀ ਹੋਏ ਨੇ ਉਹਦੇ ਨਾਲ ਪੰਗਾ ਨਹੀਂ ਲੈਣਾ ਚਾਹੀਦਾ ਕਿਉਂਕਿ ਉਹ ਪਾਵਰ ਹੁੰਦੀ ਆ ਉਹਦੇ ਕੋਲ ਉਹ ਉਸ ਟਾਈਮ ਜੋ ਹੈ ਹਰ ਇੱਕ ਚੀਜ਼ ਦੀ ਮਾਲਕਣ ਹੁੰਦੀ ਹੈ ਜੋ ਗੌਰਮੈਂਟ ਹੁੰਦੀ ਹੈ ਅਤੇ ਉਹਦੇ ਨਾਲ ਪੰਗਾ ਨਹੀਂ ਲੈਣਾ ਚਾਹੀਦਾ ਲੇਕਿਨ ਪੰਜਾਬੀ ਨੇ ਸਾਬਤ ਕੀਤਾ ਕਿ ਨਹੀਂ ਜਿੱਥੇ ਸਾਡਾ ਹੱਕ ਆਏਗਾ ਅਸੀਂ ਗੌਰਮੈਂਟ ਨਾਲ ਕੀ ਹਰ ਇੱਕ ਨਾਲ ਭੇਟ ਜਾਵਾਂਗੇ ਸੋ ਬਹੁਤ ਹੀ ਪਿਆਰਾ ਸੌਂਗ ਜੀ ਅਰਜਨ ਢਿੱਲੋਂ ਜੀ ਦਾ ਔਰ ਇਹਨਾਂ ਦੇ ਗਾਣੇ ਜੋ ਨੇ ਜ਼ਿਆਦਾਤਰ ਇੱਦਾਂ ਹੀ ਹੁੰਦੇ ਨੇ ਕਿ ਲਾਈਕ ਉਹਨਾਂ ਨੇ ਦੱਸਿਆ ਕਿ ਸਾਡੀ ਜੋ ਹਿਸਟਰੀ ਆ ਉਹ ਕਿੱਦਾਂ ਦੀ ਹੈ ਸਾਡੇ ਅਤੇ ਬੱਚੇ ਬੱਚੇ ਜੋ ਨੇ ਉਹਨਾਂ ਨੇ ਕੁਰਬਾਨੀ ਦਿੱਤੀ ਹੈ ਉਹਨਾਂ ਨੇ ਸ਼ਹੀਦੀ ਹਾਸਿਲ ਕੀਤੀ ਹੈ ਅਤੇ ਅਸੀਂ ਜੋ ਹੈ ਕਿੱਦਾਂ ਪਿੱਛੇ ਹਟ ਸਕਦੇ ਹਾਂ ਸੋ ਗਾਣਾ ਬਹੁਤ ਪਿਆਰਾ ਬਹੁਤ ਕਮਾਲ ਐਗਜੈਕਟਲੀ ਗਾਣਾ ਵਾਕਈ ਬਹੁਤ ਜ਼ਿਆਦਾ ਖੂਬਸੂਰਤ ਸੀ ਔਰ ਇਹ ਉਸ ਟਾਈਮ ਦੀ ਗੱਲ ਹੈ ਜਦੋਂ ਅਸੀਂ ਨਵੀਂ ਨਵੀਂ ਵੀਡੀਓ ਬਣਾਉਣਾ ਸਟਾਰਟ ਕੀਤੀ ਸੀ ਦੋ ਤਿੰਨ ਸਾਲ ਹੋ ਗਏ ਨੇ ਪਤਾ ਵੀ ਨਹੀਂ ਚੱਲਿਆ ਔਰ ਕਿਸਾਨਾਂ ਨੇ ਕੱਲ੍ਹ ਦੀ ਗੱਲ ਐਗਜੈਕਟਲੀ ਕਿਸਾਨਾਂ ਨੇ ਜੋ ਉਦੋਂ ਕਿਹਾ ਸੀ ਕਿ ਅਸੀਂ ਆਪਣਾ ਹੱਕ ਜਦੋਂ ਦੇਰ ਤੱਕ ਸਾਨੂੰ ਸਾਡਾ ਹੱਕ ਨਹੀਂ ਮਿਲੇਗਾ ਅਸੀਂ ਇੱਥੋਂ ਨਹੀਂ ਉੱਠਣ ਵਾਲੇ ਔਰ ਉਹਨਾਂ ਨੇ ਸਾਬਤ ਕੀਤਾ ਔਰ ਲਾਈਕ ਉਸ ਟਾਈਮ ਇੰਨਾ ਜ਼ਿਆਦਾ ਮੁਸ਼ਕਿਲ ਦਾ ਟਾਈਮ ਸੀ ਉਹਨਾਂ ਉੱਤੇ ਕਿ ਮਤਲਬ ਡਾਊਟ 'ਚ ਸੀ ਨਾ ਕਿ ਪਤਾ ਨਹੀਂ ਮਿਲੇਗਾ ਨਹੀਂ ਮਿਲੇਗਾ ਪਤਾ ਨਹੀਂ ਕਿੰਨਾ ਟਾਈਮ ਲੱਗੇਗਾ ਲੇਕਿਨ ਉਹ ਇੰਨਾ ਜ਼ਿਆਦਾ ਇੰਜੋਏ ਵੀ ਕਰ ਰਹੇ ਸੀ ਪੀਜ਼ੇ ਚੱਲ ਰਹੇ ਨੇ ਬਿਰਿਆਨੀਆਂ ਚੱਲ ਰਹੀਆਂ ਸਾਰਾ ਕੁਛ ਚੱਲ ਰਿਹਾ ਔਰ ਜੋ ਦਿੱਲੀ ਦੇ ਲੋਕ ਨੇ ਪਰਸਨਲੀ ਸਪੈਸ਼ਲੀ ਗਰਲਸ ਜੋ ਨੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਸੇਫਟੀ ਮਿਲੀ ਸੀ ਔਰ ਉਹਨਾਂ ਨੇ ਵੀ ਬਾਅਦ 'ਚੋਂ ਇਸ ਚੀਜ਼ ਦਾ ਬਹੁਤ ਜ਼ਿਆਦਾ ਜੋ ਹੈ ਦੁੱਖ ਕੀਤਾ ਸੀ ਕਿ ਉਹ ਜਾ ਰਹੇ ਨੇ ਉਹਨਾਂ ਦੀ ਵਜ੍ਹਾ ਤੋਂ ਅਸੀਂ ਇੰਨੇ ਜ਼ਿਆਦਾ ਆਪਣੇ ਆਪ ਬਹੁਤ ਸਾਰੀਆਂ ਸਟੋਰੀਆਂ ਬਣੀਆਂ ਸੀ ਉੱਥੇ ਕਿਸੇ ਨੂੰ ਮਾਂ ਮਿਲ ਗਈ ਕਿਸੇ ਨੂੰ ਬਾਪ ਮਿਲ ਗਏ ਕਿਸੇ ਨੂੰ ਭਰਾ ਮਿਲ ਗਿਆ ਕਿਸੇ ਨੂੰ ਕੁਝ ਮਤਲਬ ਕਮਾਲ ਯਾਰ ਉਹ ਬਹੁਤ ਹੀ ਪਿਆਰਾ ਸੀਨ ਸੀ ਸੋ ਗਾਇਜ਼ ਉਮੀਦ ਕਰਦੇ ਤੁਹਾਨੂੰ ਅੱਜ ਦਾ ਗਾਣਾ ਵਧੀਆ ਲੱਗਾ ਹੈਗਾ ਸਾਡਾ ਡਾਇਰੈਕਸ਼ਨ ਵਧੀਆ ਲੱਗਾ ਹੈਗਾ ਪਲੀਜ਼ ਗਾਇਜ਼ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਕਰੋ ਮਿਲਦੇ ਹਾਂ ਇੱਕ ਨਵੀਂ ਵੀਡੀਓ 'ਚ ਉਦੋਂ ਤੱਕ ਲਈ ਹੈਪੀ